ਮੇਰੇ ਮਨ 'ਚ ਹੀ ਮੈਂ ਕਿਹਾ ਭਗਵੰਤ ਮਾਨ CM ਆਪਣੇ ਪੰਜਾਬ ਦਾ ਕਿ ਉਹ ਬਿਮਾਰ ਚੱਲ ਰਿਹਾ ਹਾਂ, ਸ਼ਾਇਦ ਉਹਦੇ ਉਹਨੂੰ ਲਾਹ ਵੀ ਦਿੱਤਾ ਮੁੱਖ ਮੰਤਰੀ ਤੋਂ, ਜੇ ਨਹੀਂ ਲਾਇਆ ਨਾ ਤਾਂ ਫਿਰ ਮੈਂ ਜੀ ਇੱਕ ਬੇਨਤੀ ਆ ਖਾਸ, ਆ ਗੁਰੂ ਘਰ 'ਚ ਬੈਠਾ, ਗੁਰੂ ਘਰ 'ਚ ਬੈਠਾ ਹੋਣ ਕਰਕੇ ਮੈਂ ਭਗਵੰਤ ਮਾਨ ਨੂੰ ਇੱਕ ਬੇਨਤੀ ਕਰਦਾ, ਵੀਰ ਤੂੰ ਵੀ ਪੱਗ ਬੰਨਦਾ ਸਰਦਾਰ ਆ, ਠੀਕ ਆ, ਜੇ ਤੈਨੂੰ ਲਾਉਂਦੇ ਆ ਜਾਂ ਨਹੀਂ ਲਾਉਂਦੇ ਮੈਨੂੰ ਉਸ ਗੱਲ ਨਾਲ ਕੋਈ ਮਤਲਬ ਨਹੀਂ, ਠੀਕ ਹੈ, ਪਰ ਤੂੰ ਇੱਕ ਕੰਮ ਕਰ ਜਾ ਵੀਰ, ਕਰਦੇ ਹੁਣ ਆਪਦੇ ਵੱਲੋਂ ਇਹ ਇਹਨਾਂ ਕੁ ਕਹਿ ਦੇ ਅੰਮ੍ਰਿਤਸਰ DC ਸੱਦ ਕੇ ਵੀ ਮੈਨੂੰ ਅੰਮ੍ਰਿਤਪਾਲ, ਭਾਈ ਅੰਮ੍ਰਿਤਪਾਲ ਸਿੰਘ ਤੋਂ ਨਹੀਂ ਖਤਰਾ, ਠੀਕ ਹੈ ਜੀ, ਇਹਨਾਂ DC ਨੂੰ ਲਿਖ ਕੇ, DC ਨੂੰ ਸੱਦ ਕੇ ਬੁਲਾ ਕੇ ਲਿਖਾ ਦੇ ਕਿ ਪੰਜਾਬ ਨੂੰ ਨਹੀਂ ਖਤਰਾ, ਮੈਨੂੰ ਨਹੀਂ ਖਤਰਾ, ਅਤੇ ਉਹੀ ਅਰਦਾਸਾਂ ਤੇਰੇ ਹੱਕ 'ਚ ਹੋਣਗੀਆਂ, ਤੂੰ ਸਹੀ ਹੋਏਗਾ, ਤੇਰੇ ਵੀ ਪਰਿਵਾਰ ਆ, ਨਿੱਕਾ ਜੀ ਬੱਚੀ ਆ, ਠੀਕ ਹੈ, ਅਤੇ ਮੈਂ ਮਿਹਨਤ ਕਰਕੇ ਸੰਗਤ ਮੂਹਰੇ ਅਪੀਲ ਕਰਕੇ ਮਾਤਾ ਤੋਂ ਕੋਲੇ, ਮਾਤਾ ਤੋਂ ਵੀ ਗਵਾ ਦੂੰਗਾ ਮਿਹਨਤ ਕਰਕੇ ਵੀ, ਹੁਣ ਭਾਈ ਮੁੱਖ ਮੰਤਰੀ ਨੇ ਆਪਣੇ ਨੇ ਆਹ ਕੰਮ ਕਰਤਾ ਆਪਣੇ ਲਈ, ਠੀਕ ਹੈ, ਹੁਣ ਇਹਦੀ ਸੁੱਖ ਸ਼ਾਂਤੀ ਦੀ ਅਰਦਾਸ ਵੀ ਆਪਾਂ ਕਰਿਆ ਕਰੀਏ, ਸਾਰੀ ਸੰਗਤ ਨੂੰ ਕਹਿ ਦੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਪਤਾ ਹੀ ਆਵੇਗੀ ਭਾਈ ਸਾਹਿਬ ਦੀ ਦਸਤਾਰ ਬੰਦੀ ਹੋਈ ਸੀ ਸੰਤਾਂ ਦੇ ਪਿੰਡ ਰੋਡੇ, ਉੱਥੇ ਮੈਂ ਵੀ ਗਿਆ ਸੀਗਾ, ਮੇਰੇ ਨਾਲ ਡਾਕਟਰ ਸੀ ਸਾਡੇ ਪਿੰਡੋਂ, ਅਤੇ ਉੱਥੇ ਭਾਈ ਸਾਹਿਬ ਨੂੰ ਸੁਣ ਕੇ ਜਦੋਂ ਇਹ ਮਹਿਸੂਸ ਹੋਇਆ ਕਿ ਯਾਰ ਵਾਕਈ ਇਸ 'ਤੇ ਕੀੜੇ ਬਣੇ ਪਏ ਨਾਲੀ ਦੇ, ਤੇ ਸੀ ਆਉਂਦਾ ਹੋਇਆ, ਮੈਂ ਸਭ ਕੋਲ ਆਪਦਾ ਸਿੱਟਿਆ ਉੱਥੇ ਜੋ ਗੰਦ ਪੈਲ ਸੀਗਾ ਮੇਰੇ ਕੋਲ, ਉਦੋਂ ਬਾਅਦ ਚਲੋ ਕਿਰਪਾ ਹੋਈ ਵਾਹਿਗੁਰੂ ਦੀ, ਅਤੇ ਮੈਂ ਭਾਈ ਸਾਹਿਬ ਨੂੰ ਸੁਣਦਾ ਰਿਹਾ, ਗੁਰੂ ਵੱਲ ਮੁੜਿਆ, ਚਲੋ ਮੈਂ ਕੇਸ ਦਾ ਡਰ ਰੱਖ ਲਿਆ, ਉਦੋਂ ਬਾਅਦ ਅੰਮ੍ਰਿਤ ਛਕ ਲਿਆ, ਅਤੇ ਫਿਰ ਉਦੋਂ ਪਤਾ ਹੀ ਤੁਹਾਨੂੰ ਵੀ NSA ਲੱਗ ਗਈ, NSA ਲੱਗ ਗਈ, ਉਦੋਂ ਬਾਅਦ ਭਾਈ ਅਰਦਾਸਾਂ ਆਉਣ ਲੱਗ ਪਈਆਂ ਭਾਈ ਸਾਹਿਬ ਦੇ ਹੱਕ 'ਚ, ਹਰ ਇੱਕ ਬੰਦਾ ਕਰਨ ਲੱਗ ਪਿਆ, ਪੰਜਾਬ 'ਚ ਵੀ ਹੋਵੇ ਬਾਹਰ ਵੀ ਹੋਵੇ, ਵੀ ਅਸਾਮ ਭੇਜ ਅਤੇ ਇਹਨਾਂ ਦੀ ਚੜ੍ਹਦੀ ਕਲਾ ਰਹੇ, ਉਹਨਾਂ ਨਾਲ ਹੋਈ ਵੀ ਬੁਰੀ ਪਰ ਚੜ੍ਹਦੀ ਕਲਾ 'ਚ ਆ ਸਿੰਘ ਅੱਜ ਵੀ, ਠੀਕ ਆ, ਵਾਹਿਗੁਰੂ ਦੀ ਕਿਰਪਾ ਨਾਲ 2 ਵਾਰੀ ਤਾਂ ਮੈਂ ਹੀ ਭਾਈ ਸਾਹਿਬ ਦੀ ਜਦੋਂ ਪਾਠ ਕਰਦਾ ਅਰਦਾਸ ਦੇ ਵਿੱਚ ਬੰਦੀ ਸਿੰਘਾਂ ਦਾ ਨਾਮ ਲੈਂਦਾ ਵੀ ਉਹਨਾਂ ਦੀ ਚੜ੍ਹਦੀ ਕਲਾ ਰਹੇ, ਭਾਈ ਅੰਮ੍ਰਿਤਪਾਲ ਸਿੰਘ ਦਾ ਵੀ, ਜਗਤਾਰ ਸਿੰਘ ਹਵਾਰਾ ਜੀ ਜਨ ਵੀ, ਸਾਰੇ ਬੰਦੀ ਸਿੰਘਾਂ ਦਾ, ਉਹ ਚੜ੍ਹਦੀ ਕਲਾ 'ਚ ਹੀ ਆ, ਅਤੇ ਇੱਕ ਨਾ ਇੱਦਾਂ ਦਿਨ ਮੇਰੇ ਮਨ 'ਚ ਹੀ ਮੈਂ ਕਿਹਾ ਭਗਵੰਤ ਮਾਨ CM ਆਪਣੇ ਪੰਜਾਬ ਦਾ ਕਿ ਉਹ ਬਿਮਾਰ ਚੱਲ ਰਿਹਾ ਹਾਂ, ਸ਼ਾਇਦ ਉਹਨੇ ਉਹਨੂੰ ਲਾਹ ਵੀ ਦਿੱਤਾ ਮੁੱਖ ਮੰਤਰੀ ਤੋਂ, ਜੇ ਨਹੀਂ ਲਾਇਆ ਨਾ ਤਾਂ ਫਿਰ ਮੈਂ ਜੀ ਇੱਕ ਬੇਨਤੀ ਆ ਖਾਸ, ਆ ਗੁਰੂ ਘਰ 'ਚ ਬੈਠਾ, ਗੁਰੂ ਘਰ 'ਚ ਬੈਠਾ ਹੋਣ ਕਰਕੇ ਮੈਂ ਭਗਵੰਤ ਮਾਨ ਨੂੰ ਇੱਕ ਬੇਨਤੀ ਕਰਦਾ, ਵੀਰ ਤੂੰ ਵੀ ਪੱਗ ਬੰਨਦਾ ਸਰਦਾਰ ਆ, ਠੀਕ ਹੈ, ਜੇ ਤੈਨੂੰ ਲਾਉਂਦੇ ਆ ਜਾਂ ਨਹੀਂ ਲਾਉਂਦੇ ਮੈਨੂੰ ਉਸ ਗੱਲ ਨਾਲ ਕੋਈ ਮਤਲਬ ਨਹੀਂ, ਠੀਕ ਹੈ, ਪਰ ਤੂੰ ਇੱਕ ਕੰਮ ਕਰ ਜਾ ਵੀਰ, ਕਰਦੇ ਹੁਣ ਆਪਦੇ ਵੱਲੋਂ ਇਹ ਇਹਨਾਂ ਕੁ ਕਹਿ ਦੇ ਅੰਮ੍ਰਿਤਸਰ DC ਸੱਦ ਕੇ ਵੀ ਮੈਨੂੰ ਅੰਮ੍ਰਿਤਪਾਲ, ਭਾਈ ਅੰਮ੍ਰਿਤਪਾਲ ਸਿੰਘ ਤੋਂ ਨਹੀਂ ਖਤਰਾ, ਠੀਕ ਹੈ ਜੀ, ਇਹਨਾਂ DC ਨੂੰ ਲਿਖ ਕੇ, DC ਨੂੰ ਸੱਦ ਕੇ ਬੁਲਾ ਕੇ ਲਿਖਾ ਦੇ ਕਿ ਪੰਜਾਬ ਨੂੰ ਨਹੀਂ ਖਤਰਾ, ਮੈਨੂੰ ਨਹੀਂ ਖਤਰਾ, ਅਤੇ ਉਹੀ ਅਰਦਾਸਾਂ ਤੇਰੇ ਹੱਕ 'ਚ ਹੋਣਗੀਆਂ, ਤੂੰ ਸਹੀ ਹੋਏਗਾ, ਤੇਰੇ ਵੀ ਪਰਿਵਾਰ ਆ, ਨਿੱਕਾ ਜੀ ਬੱਚੀ ਆ, ਠੀਕ ਹੈ, ਅਤੇ ਮੈਂ ਮਿਹਨਤ ਕਰਕੇ ਸੰਗਤ ਮੂਹਰੇ ਅਪੀਲ ਕਰਕੇ ਮਾਤਾ ਤੋਂ ਕੋਲੇ, ਮਾਤਾ ਤੋਂ ਵੀ ਗਵਾ ਦੂੰਗਾ ਮਿਹਨਤ ਕਰਕੇ ਵੀ, ਹੁਣ ਭਾਈ ਮੁੱਖ ਮੰਤਰੀ ਨੇ ਆਪਣੇ ਨੇ ਆਹ ਕੰਮ ਕਰਤਾ ਆਪਣੇ ਲਈ, ਠੀਕ ਹੈ, ਹੁਣ ਇਹਦੀ ਸੁੱਖ ਸ਼ਾਂਤੀ ਦੀ ਅਰਦਾਸ ਵੀ ਆਪਾਂ ਕਰਿਆ ਕਰੀਏ, ਸਾਰੀ ਸੰਗਤ ਨੂੰ ਕਹਿ ਦੂੰਗਾ, ਠੀਕ ਹੈ, ਤੇਰੀ ਸੁੱਖ ਸ਼ਾਂਤੀ ਦੀ ਅਰਦਾਸ ਵੀ ਹੋਊਗੀ, ਪਰ ਇੰਨਾ ਕੰਮ ਕਰ ਜਾ, ਜੇ ਤੂੰ ਉਹਨਾਂ ਨੂੰ
ਸਾਇਆ ਨਾ ਤੈਨੂੰ ਕੀ ਕੁਛ ਕਹਿੰਦੇ, ਬਿਆਂਤਾ ਬੁੱਚੜ ਬਣ ਗਿਆ, ਫਲਾਨਾ ਬਣ ਗਿਆ, ਢੀਂਗੜਾ ਬਣ ਗਿਆ, ਹੁਣ ਤੂੰ ਇੰਨਾ ਕੰਮ ਕਰ ਜਾ ਯਾਰ, ਮੌਤ ਦਾ ਕੋਈ ਪਤਾ ਨਹੀਂ ਕਿਹਦੀ ਕਦੋਂ ਆ ਜੇ, ਠੀਕ ਹੈ, ਭੂਰਾ ਕਿ ਹਵਾ ਜੀ ਦੇ ਆਸਰੇ ਤੁਰੇ ਫਿਰਦੇ ਹਾਂ ਆਪਾਂ, ਠੀਕ ਹੈ, ਜੇ ਇੰਨਾ ਕੰਮ ਕਰਦੇ ਤਾਂ ਯਾਰ ਚੰਗਾ ਹੀ ਰਹੇਗਾ। ਮੇਰੀ ਵੈਸੇ ਆਪਦੇ ਇਕੱਲੇ ਦੀ ਦਲੀਲ ਜੀ ਬਣੀ ਵੀ ਅੱਜ ਇਹ ਬੋਲਿਆ ਜਾਵੇ ਦਸਤਾਰਬੰਦੀ ਵਾਲੇ ਦਿਨ, ਬਾਕੀ ਤੁਹਾਡੀ ਆਪਦੀ ਜੋ ਆ ਕਰਨਾ ਹੀ ਹੁੰਦਾ, ਤੁਸੀਂ ਜੋ ਸਰਕਾਰ ਰਾਹੀਂ ਹੋਣਾ ਉਹ ਤਾਂ ਹੋਣਾ ਹੀ ਹੋਣਾ, ਠੀਕ ਹੈ, ਅਤੇ ਜੇ ਮੰਨ ਲਓ ਸ਼ੇਅਰ ਕਰਕੇ ਭਗਵੰਤ ਮਾਨ ਤੱਕ ਪਹੁੰਚਦੀ ਕਰ ਦਿਓ ਤਾਂ ਧੰਨਵਾਦ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।